ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀ ਉਸ ਹੁਕਮ ਦੇ ਤਹਿਤ ਸਾਰੇ ਹੀ ਜਿਹੜੇ ਗੁਰਦੁਆਰੇ ਸਾਹਿਬਾਨ ਹੈ ਉਹਨਾਂ ਵੱਲੋਂ ਜਿੱਥੇ ਵੀ ਕਿਤੇ ਨੇੜੇ ਜਿਹੜੇ ਕਿ ਹੜ੍ਹ ਪੀੜਿਤ ਲੋਕ ਨੇ ਜਿਹੜੇ ਘਰ ਬਾਰ ਛੱਡ ਕੇ ਬੈਠੇ ਨੇ, ਤੁਸੀਂ ਜਿਵੇਂ ਦੇਖਿਆ ਕਿ ਸਾਰੇ ਵਿਚਾਰੇ ਸਾਰੇ ਸੜਕਾਂ 'ਤੇ ਆ ਕੇ ਬੈਠੇ ਨੇ, ਉਹਨਾਂ ਵਾਸਤੇ ਲੰਗਰ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ। ਸੋ ਸੰਗਤ ਨੂੰ ਵੀ ਅਪੀਲ ਹੈ ਕਿ ਇਸ ਗੱਲ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਬਹੁਤ ਸਾਰੇ ਏਰੀਏ ਆ ਜਿੱਥੇ ਤੱਕ ਅਸੀਂ ਨਹੀਂ ਜਾ ਸਕਦੇ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨ ਦੇ ਅੰਦਰ ਜਿੱਥੇ ਵੀ ਕਿਤੇ ਗੁਰਦੁਆਰਾ, ਇਕੱਲਾ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਨਹੀਂ, ਸਾਰੇ ਹੀ ਗੁਰਦੁਆਰੇ ਸਾਹਿਬਾਨਾਂ ਦੇ ਦਰਵਾਜ਼ੇ ਖੁੱਲ੍ਹੇ ਨੇ। ਜਿਹੜੇ ਵੀ ਘਰੋਂ ਬੇਘਰ ਹੋ ਗਏ ਨੇ, ਇਹ ਇੱਕ ਕਹਿੰਦੇ ਹੋਏ ਕੁਦਰਤ ਦੀ ਮਾਰ ਹੈ, ਪਰ ਅਸੀਂ ਲੰਗਰ ਦਾ ਪ੍ਰਬੰਧ ਕਰ ਸਕਦੇ ਹਾਂ ਅਤੇ ਉਸਦੇ ਨਾਲ ਉਹਨਾਂ ਦੇ ਰਿਹਾਇਸ਼ਾਂ ਦਾ ਪ੍ਰਬੰਧ ਕਰ ਸਕਦੇ ਹਾਂ। ਸੋ ਸੰਗਤ ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਲੋੜ ਪਵੇ ਉੱਥੇ ਉਹ ਪਹੁੰਚ ਸਕਦੀ ਆ। ਬਹੁਤ ਸਾਰੇ ਨੰਬਰ ਜਿਹੜੇ ਆ ਅਸੀਂ ਸੋਸ਼ਲ ਮੀਡੀਆ 'ਤੇ ਜਿਹੜੇ ਜਾਰੀ ਕੀਤੇ ਆ। ਸੋ ਇਹ ਜਿਹੜਾ ਅਸੀਂ ਸਿੱਧਵਾਂ ਬੇਟ 'ਤੇ ਲਾ ਕੇ ਬਹੁਤ ਵੱਡੇ ਪੱਧਰ 'ਤੇ ਪਾਣੀ ਜਿਹੜਾ ਘਰਾਂ 'ਚ ਆ ਗਿਆ, ਲੋਕ ਬੇਘਰ ਹੋ ਕੇ ਬੈਠੇ ਆ, ਉਹਨਾਂ ਸਾਰਿਆਂ ਦੀ ਸੇਵਾ ਵਿੱਚ ਅੱਜ ਤੋਂ ਜਿਹੜਾ ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਲੰਗਰ ਜਿਹੜਾ ਜਾਰੀ ਆ। ਸੋ ਅੱਜ ਹੁਣ ਇੱਥੇ ਆ, ਇਸ ਤੋਂ ਬਾਅਦ ਪਰਲੇ ਪਾਸੇ ਸੜਕ ਦੇ ਪਰਲੇ ਪਾਸੇ ਬਣਾਉਣਾ, ਉੱਥੇ ਵੀ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।